ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਇੰਡੀਅਨ ਮੋਮ ਇਨ ਇਟਲੀ। ਕੀ ਹਾਲ ਆ ਤੁਹਾਡੇ ਸਾਰਿਆਂ ਦਾ? ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਡਿਨਰ ਰੋਲਸ। ਇਹ ਸੋਫਟ ਵਾਲੇ ਬ੍ਰੈਡ ਹੁੰਦੇ ਆ, ਮੈਦੇ ਦੇ ਨਾਲ ਜਿੱਦਾਂ ਬਣਦੇ ਆ। ਆਪਣੀ ਮਰਜ਼ੀ ਆ, ਆਪਾਂ ਮੈਦੇ ਨਾਲ ਵੀ ਬਣਾ ਸਕਦੇ ਹਾਂ ਅਤੇ ਜਿਹੜਾ ਆਪਾਂ ਰੋਟੀ ਵਾਸਤੇ ਆਟਾ ਯੂਜ਼ ਕਰਦੇ ਹਾਂ ਉਹਦੇ ਨਾਲ ਵੀ ਆਪਾਂ ਬਣਾ ਸਕਦੇ ਹਾਂ। ਅਤੇ ਇਹਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਹੋਊਗਾ ਦੁੱਧ, ਜਿੱਦਾਂ ਲਿਕ ਵਾਰਮ ਚਾਹੀਦਾ ਆ। ਅਤੇ ਉਹਦੇ ਵਿੱਚ ਮੈਂ ਮੱਖਣ ਪਾਇਆ ਸੀਗਾ ਅਤੇ 2 ਚਮਚ ਪਾਏ ਸੀਗੇ ਮੈਂ ਖੰਡ ਦੇ। 1 ਕੱਪ ਲਿਆ ਸੀਗਾ ਦੁੱਧ ਅਤੇ 1/2 ਕੱਪ ਲਿਆ ਸੀਗਾ ਮੈਂ ਮੱਖਣ ਦਾ। ਅਤੇ 1 ਟੇਬਲ ਸਪੂਨ ਆ ਮੈਂ ਉਹ ਈਸਟ ਦਾ ਲਿਆ ਆ, ਖਮੀਰ ਦਾ। ਅਤੇ ਇਹਨੂੰ ਜਿੱਦਾਂ ਮਿਕਸ ਕਰ ਦੇਵਾਂਗੇ ਅਤੇ 5 ਮਿੰਟ ਲਈ ਛੱਡ ਦੇਵਾਂਗੇ, ਕਿਉਂਕਿ ਜਿਹੜਾ ਈਸਟ ਪਾਇਆ ਉਹ 5 ਮਿੰਟ ਦੇ ਵਿੱਚ ਵਿੱਚ ਫੁੱਲ ਜਾਵੇਗਾ। ਜਿਹੜਾ ਖਮੀਰ ਆ ਉਹ ਚੰਗੀ ਤਰ੍ਹਾਂ ਫੁੱਲ ਗਿਆ ਆ, ਦੇਖ ਸਕਦੇ ਆ ਤੁਸੀਂ। ਅਤੇ ਹੁਣ ਇਹਨੂੰ ਮਿਕਸ ਕਰਕੇ ਆਟੇ ਦੇ ਵਿੱਚ ਜਿੱਦਾਂ ਗੁੰਨਣਾ ਆ, ਕਿੰਨਾ ਫਲੱਫੀ ਜਿਹਾ ਹੋ ਗਿਆ ਈਸਟ ਜਿਹੜਾ ਫੁੱਲ ਕੇ ਉਹ ਜਿੱਦਾਂ ਫਲੱਫੀ ਜਿਹਾ ਹੋ ਜਾਂਦਾ ਆ। ਅਤੇ ਮੈਂ 4 ਕੱਪ ਮੈਦੇ ਦੇ ਲਏ ਸੀਗੇ ਤਾਂ ਇਹਦੇ ਵਿੱਚ 1 ਟੇਬਲ ਸਪੂਨ ਜਿਹੜਾ ਮੈਂ ਨਮਕ ਪਾਇਆ ਆ। ਇੱਕ ਟੇਬਲ ਸਪੂਨ ਹੋ ਗਿਆ ਜਿੱਦਾਂ ਇਹ ਵਾਲਾ। ਅਤੇ ਹੁਣ ਆਟੇ ਨੂੰ ਗੁੰਨਣ ਦੀ ਵਾਰੀ ਆਉਂਦੀ ਹੈ। ਅਤੇ ਜਿਹੜਾ ਘੋਲ ਤਿਆਰ ਕੀਤਾ ਸੀਗਾ ਮੈਂ ਦੁੱਧ, ਈਸਟ ਅਤੇ ਮੱਖਣ ਦਾ, ਉਹ ਵਾਲਾ ਇਹਦੇ ਵਿੱਚ ਪਾ ਦਿਆਂਗੇ। ਅਤੇ ਇਹਦੇ ਵਿੱਚ ਪਾਇਆ ਸੀਗਾ ਮੈਂ 1 ਅੰਡਾ। ਅੰਡੇ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੀ ਪਹਿਲਾਂ ਮੈਂ, ਜਿੱਦਾਂ ਫੈਂਟ ਲਿਆ ਸੀਗਾ। ਅਤੇ ਥੋੜ੍ਹਾ ਥੋੜ੍ਹਾ ਪਾਣੀ ਜਿੱਥੇ ਜਿੱਥੇ ਆਟਾ ਸੁੱਕਾ ਆ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੂੰਗੀ ਆਟੇ ਨੂੰ। ਜਿੱਦਾਂ 6 ਤੋਂ 7 ਮਿੰਟ ਲੱਗਦੇ ਆ। ਅਤੇ ਇਹ ਜਿੱਦਾਂ ਬਹੁਤ ਵਧੀਆ ਸੋਫਟ ਜਿਹਾ ਹੋ ਜਾਂਦਾ ਆਟਾ, ਕਿਉਂਕਿ ਇਹਦੇ ਵਿੱਚ ਮੱਖਣ ਪਾਇਆ ਆ। ਹੱਥਾਂ ਨਾਲੋਂ ਜਦੋਂ ਤੱਕ ਚਿਪਕਣਾ ਨਾ ਹਟੇ, ਇਹਨੂੰ ਆਪਾਂ ਗੁੰਨਦੇ ਰਹਿਣਾ ਆ। ਦੇਖੋ, ਤੁਸੀਂ ਦੇਖ ਸਕਦੇ ਆ ਕਿ ਮੇਰੇ ਹੱਥਾਂ ਨਾਲ ਬਿਲਕੁਲ ਨਹੀਂ ਹੁਣ ਚਿਪਕ ਰਿਹਾ ਇਹ ਆਟਾ, ਅਤੇ ਇੱਦਾਂ ਦਾ ਚਾਹੀਦਾ ਆ। ਅਤੇ ਇਹਨੂੰ ਢੱਕ ਕੇ ਮੈਂ ਜਿੱਦਾਂ ਰੱਖ ਦੂੰਗੀ 1-1.5 ਘੰਟੇ ਵਾਸਤੇ, ਕਿਉਂਕਿ ਗਰਮੀ ਆ, ਛੇਤੀ ਫੁੱਲ ਜਾਏਗਾ। ਅਤੇ ਲਗਭਗ 1.25 ਘੰਟੇ ਦੇ ਵਿੱਚ ਇਹ ਡਬਲ ਹੋ ਗਿਆ ਸੀਗਾ ਸਾਈਜ਼ ਦੇ ਵਿੱਚ, ਸਿਰਫ 1.25 ਘੰਟਾ ਲੱਗਾ ਜਿੱਦਾਂ। ਅਤੇ ਹੁਣ ਇਹਦਾ ਕਵਰ ਉਤਾਰ ਕੇ ਤੁਹਾਨੂੰ ਦਿਖਾਲਦੀ ਹਾਂ। ਬਹੁਤ ਸੋਹਣਾ ਫੁੱਲ ਗਿਆ ਸੀਗਾ ਇਹ। ਅਤੇ ਇਹਨੂੰ ਜਿੱਦਾਂ ਇੱਕ ਵਾਰੀ ਫਿਰ ਜਿੱਦਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਗੁੰਨ ਲਵਾਂਗੀ ਮੈਂ। ਅਤੇ ਹੁਣ ਆਪਣੀ ਜਿੱਦਾਂ ਮਰਜ਼ੀ 'ਤੇ ਡਿਪੈਂਡ ਆ, ਤੁਸੀਂ ਛੋਟੇ ਪੇੜੇ ਕਰਨੇ ਆ ਜਾਂ ਕਿੱਡੀ ਕੁ ਵੱਡੀ ਬ੍ਰੈਡ ਰੋਲ ਜਿਹੜੇ ਹੁੰਦੇ ਆ ਡਿਨਰ ਵਾਸਤੇ, ਕਿੱਡੇ ਕੁ ਸਾਈਜ਼ ਦੇ ਪਸੰਦ ਕਰਦੇ ਆ ਉਸ ਸਾਈਜ਼ ਦੇ ਨਾਲ ਆਪਾਂ ਬਣਾ ਸਕਦੇ ਹਾਂ। ਜਿੱਦਾਂ ਮੈਂ ਲਏ ਸੀਗੇ ਨੋਰਮਲ ਆਪਾਂ ਰੋਟੀ ਦਾ ਪੇੜਾ ਕਰਦੇ ਹਾਂ, ਉਸ ਸਾਈਜ਼ ਤੋਂ ਥੋੜ੍ਹੇ ਜਿਹੇ ਵੱਡੇ ਸੀਗੇ। ਇਹਨੂੰ ਜਿੱਦਾਂ ਇੱਦਾਂ ਵਿੱਚ ਨੂੰ ਹੀ ਫੋਲਡ ਕਰਨਾ ਆ, ਕਿਉਂਕਿ ਥੱਲਿਓ ਜਦੋਂ ਓਵਨ ਵਿੱਚ ਲੱਗਦੇ ਆ ਇਹ ਥੱਲਿਓ ਖੁੱਲ੍ਹ ਜਾਂਦੇ ਆ ਜੇ ਚੰਗੀ ਤਰ੍ਹਾਂ ਆਪਾਂ ਇਹਨੂੰ ਜਿੱਦਾਂ ਫੋਲਡ ਕਰਕੇ ਪੇੜਾ ਨਹੀਂ ਕਰਦੇ, ਨੀਚੋਂ ਖੁੱਲ੍ਹ ਜਾਂਦੇ ਇਹੋ, ਤਾਂ ਫਿਰ ਗੋਲ ਗੋਲ ਜਿਹੀ ਸ਼ੇਪ ਨਹੀਂ ਆਉਂਦੀ ਇਹਨਾਂ ਦੀ। ਤਾਂ ਮੈਂ ਸਾਰੇ ਇਸ ਤਰ੍ਹਾਂ ਬਣਾ ਲਏ ਸੀਗੇ। ਅਤੇ ਹੁਣ ਇਹਨਾਂ ਨੂੰ ਫਿਰ ਮੈਂ ਦੁਬਾਰਾ 1/2 ਘੰਟੇ ਲਈ ਪੈਲੀਕੋਲਾ ਜਿਹੜਾ ਹੁੰਦਾ ਆ, ਪੇਪਰ ਨਹੀਂ ਪਲਾਸਟਿਕ ਪੇਪਰ ਜਿਹੜਾ ਹੁੰਦਾ ਆ ਉਹਦੇ ਨਾਲ ਢੱਕ ਕੇ 1/2 ਘੰਟੇ ਲਈ ਰੱਖ ਦੂੰਗੀ ਕਿਸੇ ਗਰਮ ਜਗ੍ਹਾ 'ਤੇ। ਮੈਂ ਤਾਂ ਜਿੱਦਾਂ ਓਵਨ ਵਿੱਚ ਰੱਖ ਦਿੰਦੀ ਹੁੰਦੀ ਹਾਂ। ਅਤੇ ਤੁਸੀਂ ਦੇਖ ਸਕਦੇ ਹੋ ਸਾਈਜ਼ ਵਿੱਚ ਡਬਲ ਹੋ ਗਿਆ ਸਿਰਫ 1/2 ਘੰਟੇ ਦੇ ਵਿੱਚ। ਪਹਿਲਾਂ 1/2 ਘੰਟਾ ਜਿੱਦਾਂ ਆਟਾ ਗੁੰਨ ਕੇ ਰੱਖਿਆ ਸੀ, ਫਿਰ ਬਾਅਦ ਵਿੱਚ ਪੇੜੇ ਕਰਕੇ 1/2 ਘੰਟੇ ਲਈ। ਅਤੇ ਇਹਦੇ ਉੱਤੇ ਮੈਂ ਹੁਣ 1 ਐੱਗ ਵਾਸ਼ ਲਾ ਦਿੱਤਾ ਆ। ਅੰਡੇ ਦੀ ਜਿੱਦਾਂ ਅੰਡੇ ਨੂੰ ਫੈਂਟ ਲਿਆ ਸੀਗਾ ਅਤੇ ਉਹ ਮੈਂ ਬ੍ਰੱਸ਼ ਦੇ ਨਾਲ ਲਗਾ ਦਿੱਤਾ ਆ। ਅਤੇ ਓਵਨ ਮੈਂ 180 ਡਿਗਰੀ 'ਤੇ ਜਿੱਦਾਂ ਪ੍ਰੀਹੀਟ ਕਰ ਲਿਆ ਸੀਗਾ। ਅਤੇ ਇਹ ਇਹਨਾਂ ਨੂੰ ਸਿਰਫ 16-17 ਮਿੰਟ ਲੱਗੇ ਸੀਗੇ ਬਣਨ ਨੂੰ।
ਤੁਸੀਂ ਦੇਖ ਸਕਦੇ ਆ ਕਿੰਨੀ ਛੇਤੀ ਇਹ ਕੁੱਤ ਹੋ ਗਈ, ਕਿਉਂਕਿ ਮੈਂ ਵੀਡੀਓ ਦੀ ਸਪੀਡ ਵਧਾਈ ਹੋਈ ਆ, ਇਸ ਕਰਕੇ ਛੇਤੀ ਦਿਸ ਰਹੇ ਆ ਕਿ ਪੱਕ ਗਏ ਬਣ ਗਏ ਆ। ਅਤੇ ਬਹੁਤ ਸੋਹਣੇ ਬਣੇ ਸੀਗੇ, ਬਹੁਤ ਸਵਾਦ ਸੀ, ਤੁਸੀਂ ਜ਼ਰੂਰ ਟਰਾਈ ਕਰਿਓ ਅਤੇ ਮੈਨੂੰ ਦੱਸਿਓ ਨੀਚੇ ਕਮੈਂਟ ਕਰਕੇ ਕਿ ਕਿੱਦਾਂ ਦਾ ਲੱਗੀ ਤੁਹਾਨੂੰ ਇਹ ਵੀਡੀਓ। ਅਤੇ ਤੁਹਾਨੂੰ ਮੈਂ ਕੱਟ ਕੇ ਵੀ ਇੱਕ ਦਿਖਾਉਂਦੀ ਹਾਂ ਕਿੱਦਾਂ ਦਾ ਹੈ ਉਹ ਅੰਦਰੋਂ, ਜਿੱਦਾਂ ਆਪਣੇ ਡਬਲ ਰੋਟੀ ਨਹੀਂ ਹੁੰਦੀ ਉੱਦਾਂ ਦੇ ਜਿੱਦਾਂ ਬ੍ਰੈਡ ਬਣ ਜਾਂਦੇ ਆ। ਨੈਕਸਟ ਟਾਈਮ ਮੈਂ ਮਿੱਠੇ ਵਾਲੇ ਤੁਹਾਡੇ ਨਾਲ ਸ਼ੇਅਰ ਕਰੂੰਗੀ। ਇਹ ਜਿੱਦਾਂ ਅਸੀਂ ਖਾ ਸਕਦੇ ਹਾਂ, ਜਿੱਦਾਂ ਬਰਗਰ ਵਾਂਗੂ ਖਾ ਸਕਦੇ ਹਾਂ, ਆਪਣੀ ਇੱਛਾ ਅਨੁਸਾਰ ਇਹਦੇ ਵਿੱਚ ਜੋ ਵੀ ਭਰ ਸਕਦੇ ਮਰਜ਼ੀ, ਸਲਾਦ ਵਗੈਰਾ। ਤਾਂ ਮਿਲਦੇ ਹਾਂ ਛੇਤੀ ਹੀ ਅਗਲੀ ਵੀਡੀਓ ਵਿੱਚ। ਬਾਏ ਬਾਏ।